ਗੁਰਬਾਣੀ ਸਾਗਰ ਦਾ ਧਾਰਮਿਕ ਉਪਰਾਲਾ ਮਨ ਦੀ ਇਕਾਗਰਤਾ ਬਣ ਜਾਏ, ਤੁਹਾਡੀ ਅਸੀਸ ਮਿਲ ਜਾਏ, ਕੀਰਤਨ ਵਿੱਚ ਰਸ ਆ ਜਾਏ, ਅਸੀਸ ਵਜੋਂ ਪਿਆਰ ਸੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿਮਰਨ ਪ੍ਰੰਤ ਜਿਵੇਂ ਸਤਿਗੁਰ ਬਖਸ਼ਿਸ਼ ਕਰਨਗੇ ਸਾਰੇ ਮਿਲ ਕੇ ਜਾਏ। ਹਾਲ ਮੁਰੀਦਾ
ਪਿਆਰੇ ਆਵਾ ਸਤਸੰਗੀ ਕੀਰਤਨ ਐਸੀ ਬੰਦਗੀ ਹੈ ਜੇ ਕਰਨ ਵਾਲੇ ਸੁਣਨ ਵਾਲੇ ਜੁੜ ਜਾਣ ਤੇ ਕੀਰਤਨ ਬੰਦਗੀ ਗੁਰੂ ਨੂੰ ਪ੍ਰਗਟ ਕਰ ਦਿੰਦੀ ਹੈ। ਬਾਣੀ ਦਾ ਰਚਨਹਾਰ ਸਾਹਮਣੇ ਖਲੋ ਤਾਂ ਹੀ ਕੀਰਤਨ ਨੂੰ ਪ੍ਰਧਾਨ ਬੰਦਗੀ ਕਹਿੰਦੇ ਨੇ। ਆਓ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਬੋਲ ਤੇ ਨਾਲ ਨਾਲ ਸਤਿਕਾਰਯੋਗ ਭਾਈ ਸਾਹਿਬ ਜੀ ਚਮਕੌਰ ਦੀ ਗੜੀ ਤੱਕ ਤੁਹਾਨੂੰ ਇਤਿਹਾਸ ਦਾ ਪੰਨਾ ਸੁਣਾ ਕੇ ਤੇ ਅਸੀਸ ਬਖਸ਼ਿਓ। ਉਸ ਤੋਂ ਅਗਲੀ ਬਾਤ ਮੈਂ ਤੁਹਾਨੂੰ ਅਗਲਾ ਪੰਨਾ ਇਤਿਹਾਸ ਦਾ ਜਿੱਥੇ ਭਾਈ ਸਾਹਿਬ ਨੇ ਛੱਡਿਆ ਉੱਥੋਂ ਸੁਣਾਵਾਂ ਤੇ ਤੁਸੀਂ ਸਮਾਧੀਆਂ ਲਾਇਓ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਰਤਨ ਵਿੱਚੋਂ ਕਰਿਓ। ਆਓ ਦਿਓ ਅਸੀਸ ਰਾਤ ਦਾ ਸਮਾਂ ਸੀ ਤਿੰਨ ਸਿੰਘ ਘਣੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਢੋਲ ਰਹੇ ਕਿਉਂਕਿ ਉਹ ਜਦੋਂ ਚਮਕੌਰ ਦੀ ਗੜੀ ਛੱਡੀ ਤੇ ਮਹਾਰਾਜ ਕਹਿ ਆਏ ਜੇ ਜਿਉਂਦੇ ਰਹੇ ਤਾਂ ਤਾਰੇ ਦੀ ਸੇਧ ਨੂੰ ਆ ਜਾਇਓ। ਪਹਿਲਾਂ ਲੋਕ ਇਸ ਤਰ੍ਹਾਂ ਨਿਸ਼ਾਨੀਆਂ ਦਿੰਦੇ ਜੇ ਜਿਉਂਦੇ ਰਹੇ ਤਾਂ ਤਾਰੇ ਦੀ ਸੇਧ ਨੂੰ ਆ ਜਾਇਓ। ਪਰ ਸਤਸੰਗੀ ਚਮਕੌਰ ਦੀ ਗੜੀ ਵਿੱਚ ਤੇ ਮਹਾਰਾਜ ਜੀ ਦੇ ਜਿਗਰ ਦੇ ਟੁਕੜੇ ਉਹ ਵੀ ਸ਼ਹੀਦ ਹੋ ਗਏ। ਕੇਵਲ ਤਿੰਨ ਜਾਣੇ ਬਚੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਉਹ ਹੁਣ ਤਿੰਨੋਂ ਹੀ ਜਾਣੇ ਰਾਤ ਦੇ ਸਮੇਂ ਘਣੇ ਜੰਗਲਾਂ ਦੇ ਵਿੱਚ ਤਾਰੇ ਦੀ ਸੇਧ ਨੂੰ ਤੁਰੇ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੌੜ ਰਹੇ ਨੇ। ਆ ਸਾਹਮਣੇ ਝਾੜੀਆਂ ਵਿੱਚ ਕੁਝ ਚਮਕਦਾ ਕੀ ਚਮਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਹਾਰ ਵਿੱਚ ਉਹ ਅੰਗੂਠੀ ਜਿਸ ਨਾਲ ਕਮਾਨ ਤੇ ਰੱਖ ਕੇ ਤੀਰ ਨੂੰ ਖਿੱਚਦੇ ਨੇ ਉਹ ਚਮਕਦੀ। ਜਦੋਂ ਦੌੜ ਕੇ ਤਿੰਨੋਂ ਜਾਣੇ ਇੱਧਰ ਨੂੰ ਜਾਂਦੇ ਨੇ ਕੀ ਵੇਖਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੰਡ ਦਾ ਸਰਾਣਾ ਲੈ ਕੇ ਤੇ ਕੰਢਿਆਂ ਦੀਆਂ ਝਾੜੀਆਂ ਦੇ ਵਿੱਚ ਲੇਡੇ ਹੋਏ ਵੇਖ ਕੇ ਮਨ ਭਰ ਆਇਆ ਇਹ ਕਲਗੀਆਂ ਵਾਲੇ ਆ ਇਹੋ ਜਿਹੇ ਸਮਾਂ ਕਦੇ ਤੈਨੂੰ ਗਲੀਚਿਆਂ ਗਲੀਚਿਆਂ ਤਖਤਾਂ ਤੇ ਬਰਾਜਿਆਂ ਬੈਠਿਆਂ ਤੇ ਲੇਡਿਆਂ ਤੇ ਵੇਖਿਆ ਸੀ ਅੱਜ ਕੰਢਿਆਂ ਦੀਆਂ ਝਾੜੀਆਂ। ਸੋਹਣਾ ਜਾਮਾ ਲੀਰੋ ਲੀਰ ਹੋਇਆ ਗੋਡਿਆਂ ਤੋਂ ਲੈ ਕੇ ਪੈਰਾਂ ਤੱਕ ਕੰਢਿਆਂ ਦੀਆਂ ਝਰੀਟਾਂ ਵਜੀਆਂ ਨੇ ਤੇ ਪੈਰਾਂ ਦੇ ਵਿੱਚੋਂ ਵੀ ਖੂਨ ਪਿਆ ਸੀ। ਕਰਿਓ ਗੁਰੂ ਜੀ ਦੇ ਦਰਸ਼ਨ ਭਾਵਾਂ ਦੀ ਆਗਿਆ ਨਾਲ। ਸੋਹਣਾ ਜਾਮਾ ਲੀਰੋ ਲੀਰ ਹੋਇਆ ਗੋਡਿਆਂ ਤੋਂ ਲੈ ਕੇ ਪੈਰਾਂ ਤੱਕ ਕੰਢਿਆਂ ਦੀਆਂ ਝਰੀਟਾਂ ਵਜੀਆਂ ਨੇ ਤੇ ਪੈਰਾਂ ਦੇ ਵਿੱਚੋਂ ਵੀ ਖੂਨ ਪਿਆ ਸੀ। ਸੋਹਣੇ ਉਹਦੇ ਪੈਰ ਨੇ ਗੁਲਾਬੀ ਰੰਗ ਕੱਟੀਆਂ ਤੇ ਅੱਡੀਆਂ ਚ ਖੋਭੀਆਂ ਨੇ ਸੂਲਾਂ ਵੱਡੋ ਵੱਡੀਆਂ। ਸੋਹਣੇ ਉਹਦੇ ਪੈਰ ਗੁਲਾਬੀ ਰੰਗ ਅੱਡੀਆਂ ਅੱਡੀਆਂ ਚ ਖੁੱਪੀਆਂ ਨੇ ਸੂਲਾਂ ਵੱਡੋ ਵੱਡੀਆਂ
ਪੈਰ ਉਹਦੇ ਕੋਮਲ ਨੇ, ਫੁਆਰੇ ਵਾਂਗ ਰਿਛਦੇ ਤੇ ਨਵੇਂ ਛਾਲੇ ਬਣਦੇ, ਪੁਰਾਣੇ ਜਾਣ ਫਿਸਦੇ, ਪੈਰਾਂ ਉਹਦੇ ਅੰਦਰ ਦੇੜਾ ਰਸ ਜਿਹਾ ਚੁੰਦਾ ਏ, ਇੰਜ ਲੱਗੇ ਪੈਰਾਂ ਰਾਹੀਂ ਅੱਲਾ ਮੀਆਂ ਰੋਲਦਾ ਏ, ਪੈਰਾਂ ਉਹਦੇ ਅੰਦਰ ਦੇੜਾ ਰਸ ਜਿਹਾ ਚੁੰਦਾ ਏ, ਇੰਜ ਲੱਗੇ ਪੈਰਾਂ ਰਾਹੀਂ ਅੱਲਾ ਮੀਆਂ ਰੋਲਦਾ ਏ। ਇਕੱਲੇ ਤਿੰਨ ਜਾਣੇ ਥੋੜੀ ਰੋ ਰਹੇ, ਅੱਜ ਸ਼ਹਿਨਸ਼ਾਹ ਨੂੰ ਇਸ ਹਾਲ ਵਿੱਚ ਵੇਖ ਕੇ ਰੱਬ ਵੀ ਰੋ ਰਹੇ। ਦਇਆ ਸਿੰਘ ਕਹਿੰਦਾ ਹੌਲੀ ਹੌਲੀ ਮਹਾਰਾਜ ਕਈ ਦਿਨ ਦੇ ਥੱਕੇ ਨੇ, ਹੌਲੀ ਹੌਲੀ ਮੱਥਾ ਟੇਕਦੇ ਨੇ ਤੇ ਮਹਾਰਾਜ ਜੀ ਦੇ ਕੋਲ ਹੋ ਰਹੇ। ਹੁਣ ਮਾਨ ਸਿੰਘ ਏਡਾ ਜਿਗਰੇ ਵਾਲਾ, ਉਹਦੇ ਕਦੇ ਅੱਖਾਂ ਚ ਹੰਝੂ ਆਏ, ਪਰ ਅੱਜ ਗੁਰੂ ਜੀ ਨੂੰ ਇਸ ਹਾਲ ਵਿੱਚ ਵੇਖ ਕੇ ਉਹਦੇ ਅੱਖਾਂ ਦੇ ਹੰਝੂ ਰੁਕਦੇ ਵੀ ਹੋਏ। ਜਦੋਂ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗਾ ਤੇ ਰੋ ਪਿਆ, ਸ਼ਹਿਨਸ਼ਾਹ ਅੱਜ ਕਿਹੜੇ ਹਾਲਾਤ ਵਿੱਚ ਪਿਆ। ਦੋ ਚਾਰ ਅੱਖਾਂ ਦੇ ਹੰਝੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਏ। ਗੁਰੂ ਗੋਬਿੰਦ ਸਿੰਘ ਜੀ ਚੱਟ ਦੇਣੀ ਉੱਠੇ ਤੇ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਲਿਆ। ਕੌਣ ਹੈ? ਜਦੋਂ ਦੇਖਿਆ ਮੇਰੇ ਸਿੱਖ ਮੇਰਾ ਹਾਲ ਵੇਖ ਕੇ ਰੋ ਰਹੇ। ਆ ਸ਼ਬਦ ਜਿਹੜਾ ਮੈਂ ਤੁਹਾਨੂੰ ਸੁਣਾਉਣ ਲੱਗਾ, ਮਹਾਰਾਜ ਜੀ ਨੇ ਇਸ ਵੇਲੇ ਲਿਖਿਆ। ਗੁਰਦੁਆਰਾ ਚਰਨ ਕਮਲ ਮਾਛੀ ਵਾਲਾ ਗੁਰੂ ਜੀ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਕੇ ਬੈਠੇ ਨੇ ਤੇ ਤਿੰਨ ਸਿੰਘ ਅੱਖਾਂ ਵਿੱਚ ਹੰਝੂ ਲੈ ਕੇ ਬੈਠੇ ਨੇ ਤੇ ਗੁਰੂ ਜੀ ਕੀ ਕਹਿ ਰਹੇ? ਐ ਹਵਾ, ਜੇ ਤੂੰ ਨਿਰੰਕਾਰ ਵਿਦੇਸ਼ ਵੱਲ ਚੱਲੀਏ ਮੇਰੇ ਮਿੱਤਰ ਪਿਆਰੇ ਨੂੰ ਕਹਿ। ਆਨੰਦਪੁਰੀ ਉਜੜ ਗਈ, ਬੱਚੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਨੇ, ਪਰਿਵਾਰ ਵਿਛੜ ਗਿਆ ਏ। ਕਹਿ ਦਈ ਮਿੱਤਰ ਪਿਆਰੇ ਨੂੰ, ਤੂੰ ਜਿਸ ਹਾਲ ਵਿੱਚ ਵੀ ਰੱਖੇਗਾ ਗੋਬਿੰਦ ਸਿੰਘ ਉਸੇ ਹਾਲ ਵਿੱਚ ਤੇਰਾ ਸ਼ੁਕਰ ਕਰੇ ਜਾਏ। ਕਹਿਣਾ ਮਿੱਤਰ ਪਿਆਰੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਕਹਿਣਾ
ਤੁਤ ਬਿਨੈ ਰੂਪ ਜਾਈਆਂ ਲਾਇਓ ਨਾਮ ਦੀ ਵਾਸਾਂ ਦੇ ਰਹਿਣਾ ਤੁਤ ਬਿਨੈ ਰੂਪ ਜਾਈਆਂ ਲਾਇਓ ਨਾਮ ਦੀ ਵਾਸਾਂ ਦੇ ਰਹਿਣਾ ਤੁਤ ਬਿਨੈ ਰੂਪ ਜਾਈਆਂ ਲਾਇਓ ਨਾਗ ਨਿਵਾਸ ਮਿੱਤਰ ਪਿਆਰੇ ਹਾਲ ਮੁਰੀਦਾ ਕਹਿਣਾ ਜਾਲੀਆ ਸਾਨੂੰ ਸਤਰ ਚੰਗਾ ਪੱਠ ਖਿੜਿਆ ਦਾ ਰਹਿਣਾ ਜਾਲੀਆ ਸਾਨੂੰ ਸਤਰ ਚੰਗਾ ਪੱਠ ਖਿੜਿਆ ਦਾ ਰਹਿਣਾ ਮਿੱਤਰ ਪਿਆਰੇ ਹਾਲ ਮੁਰੀਦਾ ਕਹਿਣਾ ਮਹਾਰਾਜ ਕਹਿਣ ਲੱਗੇ ਪਿਆਸ ਲੱਗੀ ਹੈ ਪਾਣੀ ਦਾ ਪ੍ਰਬੰਧ ਹੋਏਗਾ ਦਇਆ ਸੀ ਕਹਿੰਦਾ ਮਹਾਰਾਜ ਉਹ ਸਾਹਮਣੇ ਖੂਹ ਜਿੰਨੀਆਂ ਬਾਤਾਂ ਮੈਂ ਤੁਹਾਨੂੰ ਸੁਣਾਉਣੀਆਂ ਨਿਸ਼ਾਨੀਆਂ ਅਜੇ ਵੀ ਸਾਰੀਆਂ ਤੁਸੀਂ ਸਭ ਨੇ ਜ਼ਰੂਰ ਵੇਖੀਆਂ ਹੁਣ ਭਾਵਨਾ ਦੀ ਅੱਖ ਨਾਲ ਦਰਸ਼ਨ ਕਹਿੰਦਾ ਮਹਾਰਾਜ ਉਹ ਖੂਹ ਹੈ ਸਾਹਮਣੇ ਮਾਨ ਸਿੰਘ ਕੀ ਵੇਖਦਾ ਏ
ਗੁਰੂ ਜੀ ਉੱਠਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਕੋਲੋਂ ਉੱਠਿਆ ਨਹੀਂ ਜਾ ਰਿਹਾ। ਸਤਸੰਗੀ ਸਰੀਰ ਓ ਕਦੋਂ ਦੀ ਅਨੰਦਪੁਰੀ ਛੱਡੀਏ, ਥੱਕ ਗਿਆ ਸਰੀਰ, ਥੱਕ ਗਿਆ ਮਾਨ ਸਿੰਘ ਨੇ ਤਾਲ ਅਗਾਂਹ ਹੁੰਦਾ ਏ। ਗੁਰੂ ਜੀ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ ਏ ਤੇ ਚੁੱਕ ਕੇ ਖੂਹੇ ਦੇ ਕੋਲ ਲੈ ਜਾਂਦਾ। ਦਇਆ ਸਿੰਘ ਨੇ ਪਾਣੀ ਕੱਢਿਆ, ਮਹਾਰਾਜ ਜੀ ਨੂੰ ਛਕਾਇਆ, ਗੁਰੂ ਜੀ ਦੇ ਕਸ਼ਹਿਰੇ ਦਾ ਪਹੁੰਚਾ ਖੂਨ ਦੇ ਨਾਲ ਭਿੱਜਿਆ ਹੋਇਆ ਏ ਤੇ ਸਰੀਰ ਨਾਲ ਲਿਬੜਿਆ, ਨਾਲੇ ਮਹਾਰਾਜ ਜੀ ਦੇ ਕਸ਼ਹਿਰੇ ਦੇ ਪਹੁੰਚੇ ਨੂੰ ਧੋਂਦਾ। ਗੁਰੂ ਜੀ ਕਹਿਣ ਲੱਗੇ, ਦਇਆ ਸਿੰਘ ਤਨ ਦੀ ਪਿਆਸ ਤੇ ਬੁੱਝ ਗਈ, ਮਨ ਨੂੰ ਵੀ ਪਿਆਸ, ਤੂੰ ਬਾਣੀ ਸੁਣਾ। ਫਿਰ ਚਾਰੋਂ ਜਾਣੇ ਚੌਂਕੜਾ ਮਾਰਦੇ ਨੇ, ਦਇਆ ਸਿੰਘ ਉੱਚੀ ਉੱਚੀ ਬਾਣੀ ਸੁਣਾਉਂਦਾ। ਇਹ ਜਿੱਥੇ ਬੈਠੇ ਨੇ ਦੋ ਸਿੱਖ ਹੋਏ ਨੇ ਗੁਲਾਬਾ ਤੇ ਪੰਜਾਬਾ, ਇਹ ਉਹਨਾਂ ਦਾ ਬਾਗ ਹੈ। ਇੰਨੇ ਨੂੰ ਇਸ ਬਾਗ ਦਾ ਮਾਲੀ ਆ ਗਿਆ, ਉਹ ਤੇ ਦੇਖ ਕੇ ਹੈਰਾਨ ਹੋ ਗਿਆ, ਇਹ ਕੌਣ ਨੇ, ਕਦੇ ਇਹਨਾਂ ਨੂੰ ਇੱਥੇ ਦੇਖਿਆ ਪਾਇਆ। ਘਰ ਨੂੰ ਦੌੜ ਜਾਂਦਾ ਤੇ ਗੁਲਾਬੇ ਤੇ ਪੰਜਾਬੀ ਨੂੰ ਜਾ ਕੇ ਦੱਸਦਾ ਹੈ, ਪਤਾ ਨਹੀਂ ਆਪਣੇ ਬਾਗ ਵਿੱਚ ਕੌਣ ਅਜਨਬੀ ਆਏ ਬੈਠੇ ਨੇ। ਸ਼ਸ਼ਤਰ ਉਹਨਾਂ ਦੇ ਕੋਲ ਨੇ, ਕੱਪੜੇ ਉਹਨਾਂ ਦੇ ਫਟੇ ਨੇ, ਖੂਨ ਨਾਲ ਭਿੱਜੇ ਨੇ। ਇੰਜ ਲੱਗਦਾ ਜਿਵੇਂ ਕੋਈ ਜੰਗ ਦੇ ਸਿਪਾਹੀ ਹੋਵੇ। ਉਹ ਹੁਣ ਦੋਨੋਂ ਭਰਾ ਦੌੜੇ ਆਉਂਦੇ, ਕੌਣ ਆ ਗਿਆ। ਜਦੋਂ ਆ ਕੇ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਹਾਲ ਵਿੱਚ, ਪੰਜਾਬਾ ਘਰ ਨੂੰ ਦੌੜ ਜਾਂਦਾ, ਘਰੋਂ ਦੁੱਧ ਵਿੱਚ ਹਲਦੀ ਦੇ ਸਵਾਰੇ ਪਾ ਕੇ ਲਿਆਉਂਦਾ ਏ। ਜਦੋਂ ਘਰ ਪਰਿਵਾਰ ਬੱਚਿਆਂ ਨੂੰ ਪਤਾ ਲੱਗਾ, ਸਾਰੇ ਬਾਗ ਵੱਲ ਦੌੜੇ ਜਾਂਦੇ ਨੇ ਤੇ ਆ ਕੇ ਮਹਾਰਾਜ ਜੀ ਨੂੰ ਦੁੱਧ ਛਕਾਉਂਦੇ ਨੇ ਤੇ ਫਿਰ ਬੇਨਤੀ ਕਰਦੇ ਨੇ, ਕਹਿੰਦੇ ਮਹਾਰਾਜ ਤੁਸੀਂ ਸਾਡੇ ਘਰ ਚਲੋ, ਚਲੋ ਸਾਡੇ ਘਰ। ਗੁਰੂ ਜੀ ਕਹਿੰਦੇ ਗੁਲਾਬਿਆ ਰਹਿ, ਲੱਖਾਂ ਦੀ ਗਿਣਤੀ ਤੇ ਜਾਲਮ ਲੋਕ ਮੈਨੂੰ ਟੋਲਦੇ ਨੇ, ਮੈਂ ਤੇਰੇ ਘਰ ਜਾਵਾਂਗਾ, ਤੂੰ ਕਿਸੇ ਮੁਸੀਬਤ ਵਿੱਚ ਫਸ ਜਾਏਂਗਾ। ਕਹਿੰਦਾ ਮਹਾਰਾਜ ਕਿੱਡਾ ਵੱਡਾ ਉੱਚੀ ਉੱਚੀ ਚੁਬਾਰੀ ਤੇ ਤੁਸੀਂ ਜੰਗਲਾਂ ਚ ਬੈਠੇ, ਸਾਰਾ ਪਰਿਵਾਰ ਜੋਤੜੀਆਂ ਬੇਨਤੀਆਂ ਕਰਕੇ ਮਹਾਰਾਜ ਜੀ ਨੂੰ ਆਪਣੇ ਘਰ ਲੈ ਜਾ। ਉੱਪਰ ਚੁਬਾਰੇ ਦੇ ਵਿੱਚ ਮਹਾਰਾਜ ਜੀ ਦਾ ਆਸਣ ਲਵਾ ਦਿੱਤਾ, ਚੁਬਾਰੇ ਦੇ ਜਦੋਂ ਅੱਧੀ ਰਾਤ ਹੋਈ, ਗੁਰੂ ਜੀ ਨੇ ਆਵਾਜ਼ ਲਾਈ, ਗੁਲਾਬਿਆ ਦੌੜਾ ਜਾਂਦਾ ਏ, ਚੁਬਾਰੀ ਦੀਆਂ ਪੌੜੀਆਂ ਚੜ੍ਹ ਕੇ ਤੇ ਦਰਵਾਜ਼ਾ ਖੋਲ੍ਹ ਕੇ ਮੱਥਾ ਟੇਕਿਆ, ਹਾਂ ਪਤਾ ਤੇਰੇ ਘਰ ਕਿਉਂ ਆਇਆ। ਕਹਿੰਦਾ ਮਹਾਰਾਜ ਕਿਉਂ ਆਇਆ, ਤੂੰ ਨਿਹਾਲੇ ਨੂੰ ਜਾਣਦਾ ਹੈ। ਮਹਾਰਾਜ ਆ ਪਿਛਲੀ ਗਲੀ ਗਲੀ ਚੋਦਾ ਘਰ ਹੈ, ਗੁਲਾਬਿਆ ਨਿਹਾਲੇ ਦੀ ਮਾਂ ਨੇ ਮੇਰੇ ਵਾਸਤੇ ਵਸਤਰ ਤਿਆਰ ਕੀਤੇ ਨੇ, ਪਰ ਉਹਦੇ ਅੱਖਾਂ ਦੀ ਨਿਗਾਹ ਚਲੀ ਗਈ ਏ, ਉਹ ਮੈਨੂੰ ਉਡੀਕਦੀ ਰਹਿੰਦੀ ਏ, ਮੈਂ ਉਹਦੇ ਵਸਤਰ ਲੈਣ ਆਇਆ। ਉਹਦੀ ਨਿਗਾਹ ਚਲੇ ਗਈ ਪਰ ਉਹ ਮੈਨੂੰ ਉਡੀਕਦੀ, ਮੈਂ ਵਸਤਰ ਲੈਣ ਆਇਆ। ਮਹਾਰਾਜ
ਹੁਣੇ ਜਾਵਾਂ ਨਿਹਾਲੇ ਦੇ ਘਰ ਲੈ ਆਵਾਂ ਵਸਤਰ ਹਾਂ ਜਾ। ਉਸੇ ਵੇਲੇ ਉੱਠਦਾ ਏ ਤੇ ਨਿਹਾਲੇ ਦੇ ਘਰ ਦੇ ਅੱਗੇ ਜਾ ਖਲੋਂਦਾ ਏ ਤੇ ਆਵਾਜ਼ ਦਿੰਦਾ ਏ ਨਿਹਾਲਿਆ ਜਾਗਦਾ ਈ ਏ। ਉਹ ਕਹਿੰਦਾ ਤੂੰ ਅੱਧੀ ਰਾਤ ਨੂੰ, ਕਹਿੰਦਾ ਮਾਂ ਜਾਗਦੀ ਏ। ਉਹ ਕਹਿੰਦਾ ਮਾਂ ਤੇ ਮੇਰੀ ਸੌਂਦੀ, ਮਾਂ ਨੀ ਮੇਰੀ ਸੌਂਦੀ। ਉਹਨੇ ਗੁਰੂ ਦੇ ਵਾਸਤੇ ਵਸਤਰ ਤਿਆਰ ਕੀਤੇ, ਹੱਥਾਂ ਤੇ ਰੱਖ ਕੇ ਬੈਰਾਗ ਕਰਦੀ ਰਹਿੰਦੀ, ਮੈਨੂੰ ਕੋਸਦੀ ਰਹਿੰਦੀ ਏ, ਮੈਨੂੰ ਨਾਲ ਲੈ ਕੇ ਜਾ ਮਹਾਰਾਜ ਜੀ ਕੋਲ ਗਲਾਬਿਆ, ਕਿੱਥੇ ਲਿਜਾਵਾਂ ਮਾਂ। ਅਨੰਦਪੁਰੀ ਚਲੇ ਗਏ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ। ਦੱਸ ਮੈਂ ਆਪਣੀ ਮਾਂ ਨੂੰ ਕਿੱਥੇ ਲੈ ਲੈ, ਕਿੱਥੋਂ ਟੋਲਾ ਮਹਾਰਾਜ ਗਲਾਬਿਆ। ਮੇਰੀ ਮਾਂ ਨੇ ਸਭ ਕੁਝ ਸੁਣਿਆ ਏ, ਲੱਗਦਾ ਏ ਕੋਈ ਗੱਲ ਮਨ ਨੂੰ ਵੀ ਲਾ। ਕਦੇ ਕਦੇ ਅਜੀਤ ਤੇ ਜੁਝਾਰ ਦੀਆਂ ਬਾਤਾਂ ਪਾ ਕੇ ਰੋਣ ਰਹਿ ਜਾਂਦੀ। ਗਲਾਬਾ ਕਹਿੰਦਾ ਨਿਹਾਲਿਆ ਓਏ ਮਹਾਰਾਜ ਤਾਂ ਮੇਰੇ ਘਰ ਬੈਠੇ, ਉਹ ਤਾਂ ਮੇਰੇ ਘਰ ਬੈਠੇ, ਤੇਰੀ ਮਾਂ ਨੇ ਜਿਹੜੇ ਵਸਤਰ ਤਿਆਰ ਕੀਤੇ ਨੇ ਉਹ ਮੰਗਦੇ। ਬੁੱਢੀ ਮਾਂ ਅੰਦਰ ਬੈਠੀ ਸੁਣਦੀ ਸੀ, ਖੂਨੀ ਚੱਕੀ ਤੇ ਵਿਹੜੇ ਵਿੱਚ ਆ ਗਈ। ਪੁੱਤਰ ਗੁਰੂ ਦੀਆਂ ਗੱਲਾਂ ਕਰਦਾ, ਪਤਾ ਲੱਗਾ ਕੁਝ ਮਹਾਰਾਜ ਦੀ ਸੁਖ ਸ਼ਾਂਤ ਦਾ, ਕਿਸ ਹਾਲ ਵਿੱਚ ਨੇ। ਕਹਿੰਦਾ ਮਾਂ ਗਲਾਬਾ ਆਇਆ। ਕਹਿੰਦਾ ਮੇਰੇ ਘਰ ਬੈਠੇ ਨੇ ਮਹਾਰਾਜ, ਵਸਤਰ ਮੰਗਦੇ ਨੇ ਜਿਹੜੇ ਤੂੰ ਤਿਆਰ ਕੀਤੇ। ਜਦ ਪੁੱਤਰ ਨੇ ਆਖਿਆ ਵਸਤਰ ਮੰਗਦੇ ਨੇ, ਤੇ ਬੁੱਢੀ ਮਾਂ ਨੇ ਅੱਖਾਂ ਭਰ ਲਈਆਂ। ਕਹਿੰਦੀ ਇਹ ਗਲੀਆਂ ਵਾਲਿਆ ਧਨ ਹੈ ਬਿਰਧਾਂ ਵਾਲਿਆ, ਜੇ ਮੇਰੇ ਅੱਖਾਂ ਦੀ ਨਿਗਾਹ ਚਲੇ ਗਈ ਤੇ ਤੂੰ ਬਿਰਧ ਪਛਾਣ ਕੇ ਆਪੇ ਹੀ ਆ ਗਿਆ, ਤੂੰ ਆਪੇ ਆ ਗਿਆ। ਅੰਦਰ ਜਾਂਦੀ ਏ ਤੇ ਉਹ ਚੋਲਾ ਚੁੱਕ ਕੇ ਲੈ ਆਉ। ਕਹਿੰਦੇ ਪੁੱਤਰ ਚੱਲ ਚੱਲ। ਉਹ ਕਹਿੰਦਾ ਮਾਂ ਸਵੇਰੇ ਚੱਲਣ, ਰਾਤ ਦਾ ਹਨੇਰਾ ਏ ਤੇ ਤੈਨੂੰ ਦਿਸਦਾ ਵੀ ਕੋਈ ਨੀ ਚੰਗੀ ਤਰ੍ਹਾਂ। ਮਾਂ ਚੋਲਾ ਚੁੱਕ ਕੇ ਬਾਹਰ ਨੂੰ ਤੁਰ ਪਈ ਤੇ ਨਿਹਾਲੇ ਨੇ ਦੌੜ ਕੇ ਬਾਂਹ ਫੜੀ। ਕਹਿੰਦਾ ਮਾਂ ਕਿੱਥੇ ਤੁਰੀ ਜਾਂਦੀ। ਮਾਂ ਕਹਿੰਦੀ ਪੁੱਤਰਾ ਹੁਣ ਰਾਤ ਨਹੀਂ ਲੰਘਣੀ, ਹੁਣ ਨਹੀਂ ਰਾਤ ਲੰਘਣੀ, ਲੈ ਚੱਲ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ। ਇੱਕ ਬਾਹ ਤੇ ਚੋਲਾ ਹੱਥ ਵਿੱਚ, ਖੂੰਡੀ ਤੇ ਪੁੱਤਰ ਦੇ ਮੋਢੇ ਤੇ ਹੱਥ ਰੱਖਿਆ ਤੇ ਮਾਂ ਤੇ ਪੁੱਤਰ ਗੁਲਾਬੇ ਦੇ ਨਾਲ ਜੁੜ ਪੈਂਦੇ। ਪਹੁੰਚ ਗਏ ਘਰ। ਗੁਲਾਬਾ ਕਹਿੰਦਾ ਉੱਪਰ ਚੁਬਾਰੇ ਤੇ ਬੈਠੇ ਨੇ ਮਹਾਰਾਜ। ਮਾਂ ਤੇ ਪੁੱਤਰ ਦੋਨੋਂ ਜਾਣੇ ਚੁਬਾਰੇ ਵਿੱਚ ਜੜ ਗਏ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਮੇਰਾ ਵਰਤਾ ਰਹੇ ਨੇ, ਆਓ ਭਾਵਨਾ ਬਣਾਉਣ ਲਈ ਰਸ ਮਾਣੋ, ਕੁਝ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਣਗੇ। ਦੋਨੋਂ ਜਾਣੇ ਮਾਂ ਤੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਾ ਖਲੋਂਦੇ ਨੇ, ਨਿਹਾਲੇ ਨੇ ਮੱਥਾ ਟੇਕਿਆ, ਉਹ ਤੇ ਮੱਥਾ ਟੇਕ ਕੇ ਬਹਿ ਗਿਆ। ਹੁਣ ਮਾਤਾ ਗੁਰਦਈ ਨੂੰ ਉਹਨੂੰ ਤੇ ਦਿਸਦਾ ਨਹੀਂ ਚੰਗੀ ਤਰ੍ਹਾਂ, ਉਹ ਤੇ ਅੱਗੇ ਉਵੇਂ ਖਲੋਂਦੀ ਹੈ, ਪਰ ਉਹਨੂੰ ਮੱਧਮ ਜਿਹਾ ਨਜ਼ਰ ਆ ਰਿਹਾ ਹੈ ਕਿ ਕੋਈ ਦੀਵਾ ਜਾ ਰਿਹਾ ਹੈ। ਉਹ ਦੀਵਾ ਬੱਤੀ ਚੁੱਕ ਲੈਂਦੀ ਏ ਤੇ ਉਸ ਦੀਵੇ ਬੱਤੀ ਨੂੰ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੋਹਣੇ ਮੁਖੜੇ ਦੇ ਕੋਲ ਕਰਦੀ ਏ ਤੇ ਮੱਧਮ ਜਿਹਾ ਚਿਹਰਾ ਨਜ਼ਰ ਆਇਆ ਗੁਰੂ ਗੋਬਿੰਦ ਸਿੰਘ ਜੀ ਦਾ,
ਤੇ ਵੇਖ ਕੇ ਅੱਖਾਂ ਪਾਰ ਆ ਜਾਂਦੀ ਹੈ। ਇਹ ਕਲਗੀਆਂ ਵਾਲੇ ਆ ਹਿੰਦੁਸਤਾਨ ਦੇ ਲੋਕ ਸੁਖੀ ਵਸਦੇ ਰਹਿ ਤੂੰ ਸਾਰੇ ਦੁੱਖੜੇ ਆਪਣੇ ਤਨ ਤੇ ਸਾਰੀ ਜਾਂਦਾ ਹੈ। ਇਸ ਤਰ੍ਹਾਂ ਦਰਸ਼ਨ ਕਰ ਰਹੀ ਫਿਰ ਕੀ ਕਰ ਰਹੀ ਫਿਰ ਉਹ ਦੀਵਾ ਬੱਤੀ ਇੱਕ ਪਾਸੇ ਰੱਖਦੀ ਹੈ। ਉਹ ਜਿਹੜਾ ਚੋਲਾ ਤਿਆਰ ਕੀਤਾ ਹੈ ਨਾ ਮਹਾਰਾਜ ਜੀ ਦੇ ਅੱਗੇ ਰੱਖਦੀ ਹੈ ਤੇ ਦੋਨੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਮੱਥਾ ਟੇਕਦੀ ਹੈ। ਐਸਾ ਮੱਥਾ ਟੇਕਿਆ ਕਿ ਮਾਤਾ ਤਾਂ ਮੁੜ ਕੇ ਉੱਠੀ ਕੋਈ ਨਹੀਂ। ਮੱਥਾ ਟੇਕ ਕੇ ਉੱਠੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਿਹਾਲਿਆ ਉਹ ਤੇਰੀ ਮਾਂ ਸੱਚਖੰਡ ਨੂੰ ਯਾਦ ਰੱਖਦੀ ਹੈ। ਤੇਰੀ ਮਾਂ ਸੱਚਖੰਡ ਨੂੰ ਯਾਦ ਰੱਖਦੀ ਇੰਝ ਲੱਗਦਾ ਸੀ ਜਿਵੇਂ ਗੁਰੂ ਜੀ ਦੇ ਦਰਸ਼ਨਾਂ ਦੀ ਪਿਆਸੀ ਸਾਹਾਂ ਨੂੰ ਰੋਕ ਕੇ ਬੈਠੀ ਸੀ। ਇਹ ਕਲਗੀਆਂ ਵਾਲਿਆ ਜੇ ਮਰਾਂਗੀ ਤਾਂ ਤੇਰੇ ਦਰਸ਼ਨ ਕਰਕੇ ਹੀ ਮਰਾਂਗੀ ਤੇਰੇ ਦਰਸ਼ਨ ਕਰਕੇ ਮਰਾਂਗੀ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪ੍ਰਾਣ ਦਿਆ ਗਈ। ਨਿਹਾਲਾ ਉੱਠਦਾ ਹੈ ਆਪਣੀ ਮਾਂ ਨੂੰ ਚੁੱਕ ਕੇ ਲੈ ਜਾਂਦਾ ਤੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਅਗਲਾ ਇਤਿਹਾਸ ਦਾ ਪੰਨਾ ਸੁਣਿਓ ਆਓ ਇਕਾਗਰਤਾ ਬਣਾਇਓ ਮੈਂ ਸਮੇਂ ਅੰਦਰ ਹੀ ਸਮਾਪਤੀ ਕਰ ਰਹੀ ਹੈ। ਸਿਆਣੇ ਲੋਕ ਕਹਿੰਦੇ ਨੇ ਜਦੋਂ ਵਿਪਤਾ ਪੈਂਦੀ ਏ ਉਦੋਂ ਆਪਣੇ ਵੀ ਪਰਾਏ ਹੋ ਦੂਜੇ ਦਿਨ ਦੀ ਦੁਪਹਿਰ ਚੜ੍ਹ ਆਈ ਸੀ ਤੇ ਗੁਲਾਬੇ ਤੇ ਪੰਜਾਬੀ ਦੇ ਮਨ ਵਿੱਚ ਪਤਾ ਨਹੀਂ ਕੀ ਆ ਗਿਆ। ਉਹਨਾਂ ਨੇ ਥਾਲ ਚੁੱਕਿਆ ਹੈ ਥਾਲ ਦੇ ਵਿੱਚ ਥੋੜਾ ਜਿਹਾ ਪ੍ਰਸ਼ਾਦ ਤੇ ਕੁਝ ਭੇਟਾ ਰੱਖੀਏ ਤੇ ਦੋਨੋਂ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਆ ਕੇ ਖਲੋਂਦੇ ਨੇ। ਕੀ ਕਹਿੰਦੇ ਕਹਿੰਦੇ ਮਹਾਰਾਜ ਸਿਪਾਹੀ ਗਲੀ ਵਿੱਚ ਵਾਰ ਵਾਰ ਕੀੜੇ ਮਾਰ ਰਿਹਾ ਹੈ ਸਿਪਾਹੀ ਗਲੀ ਵਿੱਚ ਵਾਰ ਵਾਰ ਫੇਰੇ ਮਾਰਦਾ ਹੈ ਕਿਤੇ ਐਸਾ ਨਾ ਹੋਵੇ ਕਿਸੇ ਨੂੰ ਪਤਾ ਲੱਗ ਜਾਏ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਘਰ ਹੈ ਸਾਡਾ ਵੀ ਬਾਲ ਬੱਚਾ ਮਾਰ ਦਿੱਤਾ ਜਾਏ। ਮਹਾਰਾਜ ਤੁਸੀਂ ਸਾਡੇ ਘਰੋਂ ਚਲੇ ਜਾਓ ਤੁਸੀਂ ਸਾਡੇ ਘਰ ਦਇਆ ਸਿੰਘ ਧਰਮ ਸਿੰਘ ਸੁਣ ਕੇ ਹੈਰਾਨ ਹੋਏ ਗੁਲਾਬਿਆ ਓਏ ਸਾਡੀਆਂ ਸਰਦਾਰੀਆਂ ਨੇ ਇਹਨੇ ਸਭ ਕੁਝ ਬਾਹਰ ਦਿੱਤਾ ਕੀ ਆ ਦੋ ਚਾਰ ਰਾਤਾਂ ਨਾ ਰੱਖ ਸਕਿਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਗੁਲਾਬਿਆ ਅਸਾਂ ਤੇਰੇ ਘਰ ਰਹਿਣਾ ਵੀ ਕੋਈ ਦਿਨ ਲੰਘ ਲੈ ਰਾਤ ਹੋਏਗੀ ਜਿੱਧਰ ਰੱਬ ਲੈ ਜਾਏਗਾ ਅਸਾਂ ਟੁਰ ਜਾਂਦਾ ਦਿਨ ਲੰਘ ਲੈ ਸਤਸੰਗੀ ਸਿਆਣੇ ਲੋਕ ਕਹਿੰਦੇ ਨੇ ਜਾਤ ਬਰਾਦਰੀ ਕਰਕੇ ਨਾ ਕੋਈ ਬੰਦਾ ਚੰਗਾ ਹੁੰਦਾ ਏ ਤੇ ਨਾ ਕੋਈ ਬੰਦਾ ਮੰਦਾ ਲੋਕ ਚੰਗੇ ਤੇ ਮੰਦੇ ਆਪਣੇ ਕਰਮਾਂ ਕਰਕੇ ਹੁੰਦੇ ਨੇ। ਜੇ ਅੱਜ ਸਿੱਖਾਂ ਨੇ ਕਹਿ ਦਿੱਤਾ ਸਾਡੇ ਘਰੋਂ ਚਲੇ ਜਾ
ਤੇ ਮੁਸਲਮਾਨ ਕਹਿੰਦੇ ਮਹਾਰਾਜ ਤੂੰ ਸਾਡੇ ਘਰ ਆ, ਅਸੀਂ ਦੁੱਖੜੇ ਸਹਾਰ ਲਵਾਂਗੇ, ਇੱਕ ਵਾਰੀ ਚਰਨ ਪਾ ਜਾ ਸਕਦਾ, ਮੁਸੀਬਤਾਂ ਸਾਡੇ ਝੋਲੀ ਪਾ ਦੇ, ਆ ਜਾ ਸਾਡੇ ਘਰ। ਇਸ ਗਲੀ ਦੇ ਵਿੱਚ ਦੋ ਮੁਸਲਮਾਨ ਭਰਾ ਰਹੇ ਨੇ, ਗਨੀ ਖਾਨ ਤੇ ਨਬੀ ਖਾਨ, ਇੱਕ ਘੋੜਿਆਂ ਦੇ ਵਪਾਰੀ। ਅਕਸਰ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਦਿਲੋਂ ਪਿਆਰ ਹੈ। ਜਦੋਂ ਸਾਰਾ ਦਿਨ ਦੇ ਥੱਕੇ ਥਾਰੇ ਆਪਣੇ ਘਰ ਆਏ ਤੇ ਗਨੀ ਖਾਨ ਦੀ ਛੋਟੀ ਜਿਹੀ ਬੱਚੀ, ਉਹਨੇ ਪਾਣੀ ਦਾ ਗਲਾਸ ਚੁੱਕਿਆ ਹੋਇਆ ਏ ਤੇ ਆਪਣੇ ਬਾਪੂ ਵੱਲ ਟੁਰੀ ਆਉਂਦੀ ਏ ਤੇ ਨਾਲੇ ਅੱਖਾਂ ਵੀ ਭਰ ਗਈਆਂ ਤੇ ਕਿਸੇ ਬੈਰਾਗ ਵਿੱਚ ਭਿੱਜ ਕੇ ਕਹਿੰਦੀ ਅੱਬੂ ਕੁਝ ਸੁਣਿਆ ਇਹਦੇ ਸੁਣਿਆ ਕੁਝ ਉਹ ਕਹਿੰਦਾ ਕੀ ਕਹਿੰਦੀ ਲੋਕ ਗਲੀ ਵਿੱਚ ਗੱਲਾਂ ਕਰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਨੰਦਪੁਰੀ ਵਿਗੜ ਗਈ। ਮੈਂ ਸੁਣਿਆ ਅੱਬੂ ਜਿਸ ਅਜੀਤ ਜਜਾਰ ਦੀਆਂ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਨਾ ਖਾਰਾ ਵਾ ਕੇ, ਉਹਦੇ ਅਜੀਤ ਤੇ ਜਜਾਰ ਵੀ ਸ਼ਹੀਦ ਹੋ ਗਏ। ਫਿਰ ਹੌਂਕਾ ਜਿਹਾ ਲੈ ਕੇ ਕਹਿੰਦੇ ਅੱਬੂ ਗੱਲਾਂ ਕਰਦੇ ਸੀ ਲੋਕ ਗਲੀ ਦੇ ਵਿੱਚ ਕਿ ਉਹਦਾ ਪਰਿਵਾਰ ਵਿਛੜ ਗਿਆ। ਅੱਬੂ ਫਿਰ ਮਹਾਰਾਜ ਕਿੱਥੇ ਚਲੇ ਗਏ, ਉਹ ਆਪ ਕਿੱਧਰ ਗਏ? ਗਨੀ ਖਾਨ ਨੇ ਪਾਣੀ ਦਾ ਗਲਾਸ ਦੇ ਹੱਥ ਵਿੱਚ ਪਕੜਿਆ ਏ ਪਰ ਘੁੱਟ ਭਰਿਆ, ਉੱਥੇ ਪਾਣੀ ਦਾ ਗਲਾਸ ਰੱਖਿਆ, ਦੌੜ ਕੇ ਦੋਨੋਂ ਜਾਣੇ ਗਲੀ ਦੇ ਵਿੱਚ ਆਉਂਦੇ ਨੇ। ਉਹ ਕਲਗੀਆਂ ਵਾਲੇ ਆ ਤੇਰੇ ਲਈ ਜਾਨ ਵਾਰ ਦਈਏ ਪਰ ਤੈਨੂੰ ਟੋਲਣ ਕਿੱਥੋਂ ਜਾਈਏ, ਕਿੱਥੋਂ ਲੱਭੀਏ, ਤੂੰ ਕਿੱਥੇ ਬੈਠਾ? ਇੰਨੇ ਨੂੰ ਕੀ ਲੱਗਿਆ ਆ ਸਾਹਮਣੇ ਘਰ ਦੀਆਂ ਥੜੀਆਂ ਦੇ ਬਾਹਰ ਗਲਾਬਾ ਪੈ ਗਿਆ। ਇਹਨੇ ਸੋਚਿਆ ਵੀ ਇਹ ਸਿੱਖ ਹੈ, ਇਹਨੂੰ ਸਾਰੀ ਗੱਲ ਦਾ ਪਤਾ ਹੋਵੇ। ਉੱਚੀ ਆਵਾਜ਼ ਦਿੰਦਾ ਏ ਕਹਿੰਦਾ ਗਲਾਬਿਆ ਸੁਣਿਆ ਕੁਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਤੈਨੂੰ? ਉੱਚੀ ਆਵਾਜ਼ ਦੇ ਕੇ ਹੁਣ ਜੋ ਕੁਝ ਗੁਲਾਬਾ ਕਹਿੰਦਾ ਹੈ ਉਹ ਕਹਿਣ ਨੂੰ ਥੋੜੀ ਦਿਲ ਲੱਗਦਾ ਪਰ ਸਾਖੀ ਕਾਰਾਂ ਲਿਖਿਆ ਹੋਵੇ। ਉਹ ਪੁੱਛਦਾ ਤੈਨੂੰ ਪਤਾ ਦੌੜਾ ਆਉਂਦਾ ਹੈ, ਕਹਿੰਦਾ ਉੱਚੀ ਨਾ ਬੋਲ ਮੇਰੇ ਚਵਾਰੇ ਚ ਬੈਠੇ ਨੇ, ਮੈਂ ਮੁਸੀਬਤ ਆਪਣੇ ਗਲ ਪਾ ਲਈ। ਦੋਨੋਂ ਭਰਾ ਸੁਣ ਕੇ ਹੈਰਾਨ ਹੋ ਗਲਾਬਿਆ ਓਏ ਜਿਹੜਾ ਮੂੰਹ ਕੱਲ ਤੱਕ ਸਿਫਤਾਂ ਕਰਦਾ ਨਹੀਂ ਸੀ ਥੱਕਦਾ, ਅੱਜ ਘੜੀਆਂ ਔਖੀਆਂ ਆ ਗਈਆਂ ਤੇਰੇ ਬੋਲ ਹੀ ਬਦਲ ਗਏ। ਦੋਨੋਂ ਜਾਣੇ ਗਲਾਬੇ ਨੂੰ ਧੱਕਾ ਮਾਰਦੇ ਨੇ ਤੇ ਦੌੜ ਕੇ ਜਾ ਕੇ ਚਵਾਰੇ ਤੇ ਚੜ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਟੇਕਦੇ ਨੇ ਮੱਥਾ, ਕਹਿੰਦੇ ਮਹਾਰਾਜ ਤੂੰ ਸਾਡੇ ਘਰ ਚੱਲ ਚੱਲ ਸਾਡੇ ਘਰ। ਮਹਾਰਾਜ ਕਹਿੰਦੇ ਬੇਟਾ ਰਹਿਣ ਰਹਿਣ, ਜਿੱਦਣ ਰੱਬ ਲੈ ਜਾਵੇਗਾ ਅਸਾਂ ਟੁਰ ਜਾਣਾ। ਦੋਨੋਂ ਜਾਣੇ ਕਹਿੰਦੇ ਨੇ ਮਹਾਰਾਜ ਤੂੰ ਸਾਡੇ ਤੇ ਯਕੀਨ ਕਰ, ਤੁਸੀਂ ਘਰ ਦੇ ਅੰਦਰ ਬਹਿ ਜਾਇਓ, ਅਸੀਂ ਦੋਨੋਂ ਭਰਾ ਘਰ ਦੇ ਬਾਹਰ ਪਹਿਰੇਦਾਰ ਬਣ ਕੇ ਖਲੋਵਾਂਗੇ। ਇਹ ਗਲਣੀਆਂ ਵਾਲਿਆ ਜਿੰਨਾ ਚਿਰ ਸਾਡੇ ਸਰੀਰ ਵਿੱਚ ਜਾਨ ਹੈ ਦੁਸ਼ਮਣ ਨੂੰ ਤੇਰੇ ਵੱਲ ਨਜ਼ਰ ਨਹੀਂ ਮਾਰਨ ਦੇਵਾਂਗੇ।
ਚੱਲ ਸਾਡੇ। ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਆਇਆ। ਉਹ ਛੋਟੀ ਜਿਹੀ ਬੱਚੀ ਦੇ ਦਿਮਾਗ ਜਾਗਦਾ ਪਿਆ। ਦੋਨੋਂ ਭਰਾ ਬਾਹਰ ਪੈਰੇ ਤੇ ਖਲੋਤੇ ਰਹਿੰਦੇ ਨੇ ਤੇ ਛੋਟੀ ਬੱਚੀ ਅੰਦਰ ਗੁਰੂ ਜੀ ਦੀ ਸੇਵਾ ਚ ਲੱਗੀ ਰਹਿੰਦੀ। ਹੁਣ ਦੁਸ਼ਮਣ ਨੂੰ ਤਾਂ ਖਬਰ ਹੋ ਗਈ ਕਿ ਗੁਰੂ ਜੀ ਇਸ ਇਲਾਕੇ ਵਿੱਚ ਨੇ, ਉਹਨਾਂ ਦਾ ਘੇਰਾ ਪਾ ਲਿਆ। ਹੁਣ ਦੇਖੋ ਤੁਸੀਂ, ਦੋਨੋਂ ਭਰਾ ਆਪਣੀ ਜਾਨ ਤਲੀ ਤੇ ਰੱਖ ਕੇ ਗੁਰੂ ਜੀ ਨੂੰ ਇਸ ਘੇਰੇ ਵਿੱਚੋਂ ਕੱਢਣ ਲੱਗੇ। ਉਹ ਜਿਹੜਾ ਚੋਲਾ ਮਾਤਾ ਗੁਰਦਈ ਨੇ ਦਿੱਤਾ ਸੀ ਨਾ, ਗਨੀ ਖਾਨ ਨੇ ਇਹਨੂੰ ਨੀਲਾ ਰੰਗ ਕਰਵਾ ਲਿਆ, ਨੀਲੇ ਰੰਗ ਦਾ ਬਣਾ ਲਿਆ। ਇਹਨਾਂ ਨਿਸ਼ਾਨੀਆਂ ਦੇ ਤੁਸੀਂ ਦਰਸ਼ਨ ਕਰ ਸਕਦੇ। ਅਕਸਰ ਤੁਸੀਂ ਟੈਲੀਵਿਜ਼ਨ ਤੋਂ ਵੇਖਦੇ, ਤੁਹਾਡੀਆਂ ਅਸੀਸਾਂ ਸਦਕਾ ਇਹ ਦਾਸ ਦੀ ਖੋਜ। ਕਈ ਵਾਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਾਖੀਆਂ ਸੁਣਾਉਂਦੇ ਤੇ ਦਾਸ ਕਈ ਵਾਰ ਉਹਨਾਂ ਪਰਿਵਾਰਾਂ ਨੂੰ ਟੋਲਣ ਟੁਰ ਜਾਂਦਾ ਹੈ ਵੀ ਕੋਈ ਤਾਂ ਇਹਨਾਂ ਦਾ ਪਰਿਵਾਰ ਦਾ ਮੈਂਬਰ ਹੋਵੇਗਾ ਜਿਹੜੇ ਗੁਰੂ ਸਾਹਿਬ ਨਾਲ ਪਰਵਰਦੇ ਸੀ। ਹੁਣ ਤੁਸੀਂ ਘਰ ਜਾਓ, ਹੁਣ ਨਹੀਂ ਘਰ ਜਾ ਕੇ ਵੇਖੋ, ਹੁਣ ਰਸ ਲਓ ਕੀਰਤਨ ਦਾ। ਯੂਟਿਊਬ ਤੇ ਦਾਸ ਦਾ ਨਾਮ ਲਿਖਿਓ ਤੇ ਨਾਲ ਲਿਖਿਓ ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਜੋੜਾ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਜੋੜਾ ਜਿਹੜਾ ਮਾਛੀਵਾੜੇ ਚਰਨਾਂ ਚੋਂ ਨਿਕਲ ਗਿਆ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਪਾਟਾ ਜਿਹਦੇ ਚ ਭੋਜਨ ਛਕਦੇ ਸੀ, ਹੋਰ ਐਸੀਆਂ ਨਿਸ਼ਾਨੀਆਂ। ਦਾਸ ਜਦੋਂ ਇਸ ਇਤਿਹਾਸ ਦੀ ਖੋਜ ਕਰ ਰਿਹਾ ਸੀ ਤੇ ਮਹਾਨ ਕੋਸ਼ ਵਿੱਚ ਲਿਖਿਆ ਹੈ ਵੀ ਇੱਕ ਹਲਵਾਈ ਨਾਲ ਸੀ ਤੇ ਉਹਦਾ ਨਾਂ ਹੈ ਲਾਲ ਸਿੰਘ, ਲਾਲ ਚੰਦ ਸੀ ਤੇ ਅਮਰ ਛਕੇ ਸਿੰਘ ਬਣ ਗਿਆ। ਉਹਦਾ ਪਰਿਵਾਰ ਹੁਣ ਵੀ ਫਰੀਦਕੋਟ ਦੇ ਨੇੜੇ ਪਿੰਡ ਨੰਗਲ ਵਿੱਚ ਵੱਸਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲ, ਹਲਵਾਈ ਵੀ ਅੰਸ਼ ਵੰਸ਼ ਦੇ ਕੋਲ। ਤੇ ਦਾਸ ਨੇ 250-300 ਨਿਸ਼ਾਨੀ ਗੁਰੂ ਜੀ ਦੀ ਤੁਹਾਡੇ ਵੇਖਣ ਵਾਸਤੇ ਯੂਟਿਊਬ ਤੇ। ਇਸ ਲਈ ਬਹੁਤ ਸਾਰੀਆਂ ਬਾਤਾਂ ਮੈਂ ਕੀਰਤਨ ਵਿੱਚ ਐਸੀਆਂ ਵੀ ਸੁਣਾਉਂਦਾ ਜਿਹੜੀਆਂ ਇਤਿਹਾਸ ਦੇ ਪੰਨੇ ਤੇ ਨਹੀਂ ਲਿਖੀਆਂ ਹੁੰਦੀਆਂ, ਉਹ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਜਿਹਨਾਂ ਨਾਲ ਬੀਤੀਆਂ ਹੁੰਦੀਆਂ। ਇਹਨੂੰ ਕਹਿੰਦੇ ਸੀਨਾ ਬਸੀਨਾ ਇਤਿਹਾਸ। ਉਹਨਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਤੇ ਅਗਾਂਹ ਬੱਚਿਆਂ ਨੂੰ ਸੁਣਾਇਆ, ਉਹ ਗਾਂ ਤੋਂ ਗਾਂ ਫਿਰ ਸੁਣਾਇਆ ਵੀ ਗੁਰੂ ਜੀ ਸਾਡੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਕਹਿ ਗਏ। ਆਓ ਹੁਣ ਉੱਥੇ ਮੰਨ ਲਓ ਉਹਨੇ ਉਹਨੂੰ ਨੀਲਾ ਰੰਗ ਕਰਵਾਇਆ। ਇਹ ਇਤਿਹਾਸ ਤੁਸੀਂ ਬਹੁਤ ਵਾਰ ਸੁਣਿਆ, ਇਸ ਲਈ ਮੈਂ ਵਿਸਥਾਰ ਨਾਲ ਗੱਲ ਨਹੀਂ ਸੁਣਾਉਂਦਾ। ਗੁਰੂ ਜੀ ਨੇ ਨੀਲੇ ਰੰਗ ਦਾ ਚੋਲਾ ਪਾਇਆ ਏ, ਪਲੰਗ ਤੇ ਬੈਠੇ ਨੇ, ਦੋਨਾਂ ਭਰਾਵਾਂ ਨੇ ਮੋਹਰਿਓਂ ਪਲੰਗ ਚੁੱਕਿਆ ਹੋਇਆ ਏ ਤੇ ਬਹੁਤ ਕੁਝ ਹੋਇਆ। ਇੱਥੋਂ ਅੰਤ ਗੁਰੂ ਜੀ ਨੂੰ ਲੈ ਕੇ ਆਪਣੇ ਲੁਧਿਆਣੇ ਦੇ ਲਾਗੇ ਆਲਮਗੀਰ ਤੋਂ ਹੁੰਦਿਆਂ ਹੋਇਆਂ ਪਲੰਗ ਚੁੱਕੀ ਚੁੱਕੀ ਆਉਂਦੇ ਹੇਰਾ ਤੱਕ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਦਸ ਕੁ ਮਿੰਟ ਦੀ ਹਾਜ਼ਰੀ ਹੋਰ, ਨਾਲੇ ਪੂਰਾ ਇਤਿਹਾਸ ਸੁਣਿਓ ਤੇ ਇਸ ਲਈ ਇਕਾਗਰਤਾ ਬਣਾਓ। ਗੁਰੂ ਜੀ ਦੀ ਜੈ ਜੈਕਾਰ ਮੈਂ ਤਾਂ ਕਰਾ ਦਿੰਦਾ ਕਿ ਸਾਡੀ ਹਾਜ਼ਰੀ ਵੀ ਲੱਗੇ ਤੇ ਰਸਨਾ ਵੀ ਪਵਿੱਤਰ ਹੋਵੇ। ਜਪਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ
ਚੁੱਕਿਆ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬੇਟਾ ਹੁਣ ਤੁਸੀਂ ਵਾਪਸ ਚਲੇ ਗਏ, ਮੈਂ ਅਗਾਂਹ ਚਲਾ ਜਾਵਾਂ। ਉਹ ਕਹਿੰਦੇ ਨਹੀਂ ਮਹਾਰਾਜ, ਅਸਾਂ ਤਾਂ ਤੁਹਾਡੇ ਨਾਲ ਹੀ। ਗੁਰੂ ਜੀ ਕਹਿੰਦੇ ਕਹਿੰਦੇ ਹਾਂ, ਤੇਰੀ ਬੱਚੀ ਉਡੀਕਦੀ ਹੋਈ ਮੁੜ ਜਾ। ਦਇਆ ਸਿੰਘਾ ਇੱਕ ਕਾਗਜ਼ ਤੇ ਕਲਮ ਲੈ ਕੇ ਆਇਆ। ਗੁਰੂ ਜੀ ਕਾਗਜ਼ ਦੇ ਟੁਕੜੇ ਤੇ ਕੁਝ ਲਿਖਦੇ ਨੇ ਤੇ ਗਨੀ ਖਾਨ ਦੇ ਹੱਥ ਫੜਾਉਂਦੇ। ਹੁਣ ਗਨੀ ਖਾਨ ਨਾਲੇ ਉਸ ਕਾਗਜ਼ ਦੇ ਟੁਕੜੇ ਨੂੰ ਪੜ੍ਹੀ ਜਾਂਦਾ ਹੈ, ਨਾਲੇ ਅੱਖਾਂ ਦੇ ਹੰਝੂ ਉਸ ਕਾਗਜ਼ ਦੇ ਟੁਕੜੇ ਤੇ ਸੁੱਟੀ ਜਾਂਦਾ। ਦੂਸਰੇ ਭਰਾ ਨੇ ਪੁੱਛਿਆ, ਕਹਿੰਦਾ ਵੀਰਾ ਕੀ ਲਿਖ ਦਿੱਤਾ ਮਹਾਰਾਜ? ਬਹੁਤ ਹੁਕਮਨਾਮੇ ਨੇ, ਕਦੀ ਇਹਦੇ ਦਰਸ਼ਨ ਵੀ ਕਰੇ। ਇੰਜ ਲੱਗਦਾ ਏ ਜੋ ਇਸ ਕਾਗਜ਼ ਤੇ ਲਿਖਿਆ ਏ ਕਿਸੇ ਹੋਰ ਲਈ ਇਸ ਤਰ੍ਹਾਂ ਨਹੀਂ ਲਿਖਿਆ। ਕੀ ਲਿਖਿਆ? ਨਵੀ ਖਾਂ ਦੂਸਰਾ ਭਰਾ ਉਹਦਾ ਪੜ੍ਹਦਾ ਏ ਉਸ ਕਾਗਜ਼ ਦੇ ਉੱਤੇ ਲਿਖਿਆ ਹੋਇਆ ਏ ਗਨੀ ਖਾਂ ਨਵੀ ਖਾਂ ਮੇਰੇ ਲੀਕ ਪੁੱਤਰ ਨੇ, ਇਹ ਮੇਰੇ ਪੁੱਤਰ ਨੇ। ਇਹਨਾਂ ਮੇਰਾ ਔਖੇ ਵੇਲੇ ਸਾਥ ਦਿੱਤਾ ਏ, ਜਿਹੜੇ ਸਿੱਖ ਇਹਨਾਂ ਦਾ ਸਤਿਕਾਰ ਕਰਨਗੇ ਉਹਨਾਂ ਤੇ ਮੇਰੀ ਬਹੁਤ ਖੁਸ਼ੀ ਹੋਏਗੀ। ਇਹ ਕਲਗੀਆਂ ਵਾਲਿਆ ਲੋਕ ਤੇ ਤੇਰੇ ਚਰਨਾਂ ਦੀ ਧੂੜੀ ਨੂੰ ਵੀ ਤਰਸਦੇ ਨੇ, ਤੇ ਤੂੰ ਸਾਨੂੰ ਇੰਨਾ ਮਾਣ ਦਿੱਤਾ, ਗਰੀਬਾਂ ਨੂੰ ਆਪਣੇ ਪੁੱਤਰ ਬਣਾ ਲਿਆ। ਕਾਗਜ਼ ਦਾ ਟੁਕੜਾ ਫੜਿਆ ਤੇ ਆਪਣੇ ਘਰ ਨੂੰ ਆ। ਜਦੋਂ ਘਰ ਆਏ ਤੇ ਬੱਚੀ ਕਹਿੰਦੀ, ਅੱਬੂ ਮਹਾਰਾਜ ਜੀ ਨੂੰ ਕਿੱਥੇ ਛੱਡ ਆਇਆ? ਉਹ ਵੀ ਤੇ ਹੁਣ ਦਿਲੋਂ ਪਿਆਰ ਕਰਦੀ ਸੀ, ਕੁੜੀ ਨਾਲ ਨਹੀਂ ਲੈ ਕੇ ਆਇਆ ਮਹਾਰਾਜ। ਦੌੜ ਕੇ ਗਲੀ ਵਿੱਚ ਜਾਂਦੀ ਏ ਤੇ ਗਲੀ ਵਿੱਚ ਵੀ ਨਹੀਂ ਖਲੋਤੇ, ਕਿੱਥੇ ਨੇ ਮਹਾਰਾਜ? ਗਨੀ ਖਾਂ ਨੇ ਮੋਢੇ ਦੇ ਵਿੱਚੋਂ ਕਾਗਜ਼ ਦਾ ਟੁਕੜਾ ਕੱਢਿਆ ਤੇ ਬੱਤੀ ਦੀਵੇ ਦੇ ਕੋਲ ਜਾ ਕੇ ਪੜ੍ਹਨ। ਕਹਿੰਦਾ ਬੱਚੀਏ, ਮਹਾਰਾਜ ਜੀ ਨੇ ਸਾਨੂੰ ਆਪਣੇ ਪੁੱਤਰ ਬਣਾ ਲਿਆ, ਪੁੱਤਰ ਬਣਾ ਲਿਆ। ਕਹਿੰਦੇ ਫਿਰ ਮੈਂ ਕੀ ਲੱਗਦੀ ਹਾਂ? ਤੂੰ ਉਹਨਾਂ ਦੀ ਪੋਤਰੀ, ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਤਰੀ ਲੱਗਦੀ। ਕਹਿੰਦੇ ਅੱਬੂ ਉਹਨਾਂ ਦੀਆਂ ਬੱਚੀਆਂ ਬਹੁਤ ਨੇ, ਜਦੋਂ ਮਹਾਰਾਜ ਸਾਡੇ ਘਰ ਰਹਿੰਦੇ ਸੀ, ਜਿਹੜੇ ਸਿੱਖ ਸਿੱਖਣੀਆਂ ਲੁਕ ਛੁਪ ਕੇ ਉਹਦੇ ਦਰਸ਼ਨ ਕਰਨ ਆਉਂਦੇ ਸੀ,
ਸਾਰੇ ਕਹਿੰਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ, ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ। ਗਨੀ ਖਾਂ ਕਹਿੰਦਾ ਕਹਿੰਦੇ ਹੋਣਗੇ, ਆ ਨੇੜੇ ਆ ਕੇ ਵੇਖ, ਸਾਨੂੰ ਤਾਂ ਉਹਨੇ ਲਿਖ ਕੇ ਦਿੱਤਾ ਹੋਇਆ। ਲੋਕ ਕਹਿੰਦੇ ਹੋਣਗੇ ਆ ਵੇਖ, ਸਾਨੂੰ ਤੇ ਉਹਨੇ ਲਿਖ ਕੇ ਦੇ ਦਿੱਤਾ। ਦੋਨੋਂ ਭਰਾ ਆਪਣੀ ਬੱਚੀ ਨੂੰ ਇੱਕ ਗੱਲ ਸਮਝਾਉਂਦੇ, ਇਹ ਤੇ ਪਿਆਰ ਦੀ ਅਖੀਰ, ਕੋਈ ਇੰਨਾ ਪਿਆਰ ਵੀ ਗੁਰੂ ਨਾਲ ਕਰ ਸਕਦਾ ਹੈ? ਕਹਿੰਦੇ ਬੱਚੀਏ, ਹਰ ਇੱਕ ਬੰਦਾ ਇੱਕ ਨਾ ਇੱਕ ਦਿਨ ਉਮਰ ਭੋਗ ਕੇ ਮਰ ਜਾਂਦਾ ਹੈ। ਅਸੀਂ ਦੋਨੋਂ ਹੀ ਉਮਰ ਵਿੱਚ ਤੇਰੇ ਨਾਲੋਂ ਵੱਡੇ ਹੋ ਸਕਦਾ, ਅਸੀਂ ਪਹਿਲਾਂ ਮਰ ਜਾਈਏ। ਤੈਨੂੰ ਪਤਾ ਜਦੋਂ ਗੁਰੂ ਜੀ ਸਾਡੇ ਘਰ ਰਹਿੰਦੇ ਸੀ, ਅਸੀਂ ਬਾਹਰ ਕਿਵੇਂ ਖੜੇ ਹੁੰਦੇ ਸੀ? ਉਹ ਕਹਿੰਦੇ ਅੱਬੂ ਮੈਂ ਤਾਂ ਰੋਜ਼ ਹੀ ਵੇਖਦੀ ਸੀ। ਇਸ ਤਰ੍ਹਾਂ ਇੱਥੇ ਮਹਾਰਾਜ ਬੈਠੇ ਹੁੰਦੇ ਸੀ, ਉਹ ਸਾਹਮਣੇ ਘਰ ਦੇ ਬਾਹਰ ਸੱਜੇ ਤੇ ਖੱਬੇ ਪਾਸੇ ਤੁਸੀਂ ਖੜੇ ਹੋ, ਬਾਹਰ ਖੜਦੇ ਸੀ ਤੁਸੀਂ ਸੱਜੇ ਖੱਬੇ। ਗਨੀ ਖਾਂ ਕਹਿੰਦਾ ਬੱਚੀਏ ਖਿਆਲ ਕਰੀ, ਜਦੋਂ ਅਸੀਂ ਮਰ ਜਾਈਏ ਸਾਡੀਆਂ ਕਬਰਾਂ ਘਰ ਦੇ ਬਾਹਰ ਸੱਜੇ ਤੇ ਖੱਬੇ ਪਾਸੇ ਬਣਾ ਦੇਈ, ਅਸੀਂ ਮਰ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਉੱਠਣਾ ਨਹੀਂ ਚਾਹੁੰਦੇ, ਅਸੀਂ ਮਰ ਕੇ ਵੀ ਕਲਗੀਆਂ ਵਾਲੇ ਦੇ ਚਰਨਾਂ 'ਚੋਂ ਨਹੀਂ ਉੱਠਣਾ ਚਾਹੁੰਦੇ। ਕੋਈ ਵੀ ਮੁਸਲਮਾਨ ਆਪਣੇ ਘਰ ਕਬਰ ਨਾ ਮੰਨੇ, ਕੋਈ ਸਿੱਧ ਕਬਰਾਂ ਨੂੰ ਮੱਥਾ ਨਾ ਟੇਕੇ। ਫਿਰ ਅੱਜ ਜਦੋਂ ਤੁਸੀਂ ਮਾਛੀਵਾੜੇ ਜਾਂਦੇ ਹੋ, ਜਿਹੜੇ ਤੁਸੀਂ ਦਰਸ਼ਨ ਕਰਕੇ ਵੀ ਆਏ ਹੋ, ਸਭ ਤੋਂ ਪਹਿਲਾਂ ਸਥਾਨ ਨਵੀ ਖਾਨ ਤੇ ਗਨੀ ਖਾਨ ਦੇ ਆਉਂਦੇ ਨੇ। ਕੋਈ ਇਹੋ ਜਿਹਾ ਸਿੱਖ ਨਹੀਂ ਜਿਹੜਾ ਉਹਨਾਂ ਦੇ ਅਸਥਾਨਾਂ ਤੇ ਸਿਰ ਝੁਕਾ ਕੇ ਨਾ ਲੱਗਦੇ। ਇਹ ਉਹ ਪਿਆਰ ਵਾਲੇ ਨੇ ਜਦੋਂ ਆਪਣੇ ਵੀ ਸਾਥ ਛੱਡ ਗਏ, ਔਖੀ ਘੜੀ ਵਿੱਚ ਆਪਣਾ ਸਿਰ ਅੱਗੇ ਡਾਹ ਕੇ ਦਿੰਦੇ ਸੀ। ਆਓ ਅੰਤ ਵਿੱਚ ਦੋ ਚਾਰ ਮਿੰਟ ਦੀ ਬਾਤ ਇਤਿਹਾਸ ਤੇ ਲਵੇਰਾ ਹੈ। ਇਧਰੋਂ ਮਹਾਰਾਜ ਰਾਏਕੋਟ ਪਹੁੰਚ ਗਏ, ਤੁਸਾਂ ਸਥਾਨ ਸਾਰੇ ਨੇ ਦੇਖੇ। ਰਾਏ ਕੱਲੇ ਕੋਲ ਪਹੁੰਚ ਗਏ, ਰਾਏ ਜੀ ਦੀ ਸਾਰੀ ਗੱਲ ਦੱਸਦੇ ਨੇ। ਅਨੰਦਪੁਰੀ ਚਲੇ ਗਏ, ਬੱਚੇ ਮੇਰੇ ਚਮਕੌਰ ਦੇ ਗੜੀ ਚ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਏ, ਮੇਰੀ ਮਾਂ ਮੇਰੇ ਜਿਗਰ ਦੇ ਟੁਕੜੇ ਜੋਰਾਵਰ ਸਿੰਘ ਫਤਿਹ ਸਿੰਘ ਸੂਬੇ ਸਰਹੰਦ ਨੇ ਗ੍ਰਿਫਤਾਰ ਕਰ ਲਏ, ਮੇਰੀ ਮਾਂ ਤੇ ਮੇਰੇ ਬੱਚੇ ਕਿਸ ਹਾਲ ਵਿੱਚ ਹੋਣਗੇ ਤੂੰ ਮੈਨੂੰ ਪਤਾ ਮੰਗਵਾ ਕੇ। ਹੁਣ ਉਹਨੇ ਆਪਣੇ ਨੌਕਰ ਨੂਰੇ ਮਾਹੀ ਸਰਹੰਦ ਭੇਜਿਆ, ਉਹ ਪਤਾ ਕਰਨ ਗਿਆ। ਇੱਧਰੋਂ ਉਡੀਕਾਂ ਹੋ ਰਹੀਆਂ, ਉਡੀਕਾਂ ਕਿਵੇਂ ਹੋ ਰਹੀਆਂ? ਔਰ ਟਾਲੀ ਦੇ ਦਰਖਤ ਦੇ ਉੱਤੇ ਦਇਆ ਸਿੰਘ ਚੜਿਆ ਹੋਇਆ ਟਾਲੀ ਦੇ ਦਰਖਤ, ਜਿਹੜਾ ਰਸਤਾ ਸਰਹੰਦ ਵੱਲੋਂ ਆਉਂਦਾ ਹੈ ਉਧਰ ਨੂੰ ਟਿਕ ਟਿਕੀ ਲਾ ਕੇ ਵੇਖ ਰਿਹਾ ਹੈ। ਤੇ ਗੁਰੂ ਜੀ ਥੱਲੇ ਟਹਿਲਦੇ ਨੇ, ਕਦੇ ਇੱਧਰ ਕਦੇ ਉਧਰ। ਸਤਸੰਗੀ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਨਿਰੰਕਾਰ ਨੇ, ਗੁਰੂ ਗੋਬਿੰਦ ਸਿੰਘ ਰੱਬ ਹੈ। ਪਰ ਇਹ ਵੀ ਸੋਚੀਏ ਗੁਰੂ ਗੋਬਿੰਦ ਸਿੰਘ ਬੱਚਿਆਂ ਦਾ ਬਾਪ ਵੀ ਹੈ, ਉਹ ਕਿਸੇ ਮਾਂ ਦੇ ਪੁੱਤਰ ਵੀ ਹੈ। ਬੱਚੇ ਦੇ ਰੱਤੀ ਜਿੰਨਾ ਲੇਟ ਹੋ ਜਾਣ ਤੁਸੀਂ ਦਰਵਾਜ਼ਿਆਂ ਵੱਲ ਹੀ ਵੇਖਦੇ ਰਹਿੰਦੇ ਹੋ, ਤੇ ਗੁਰੂ ਜੀ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ।
ਉਹ ਤੇ ਆਪਣੀ ਮਾਂ ਦਾ ਸਤਿਕਾਰ ਸਾਡੇ ਨਾਲ ਕਈ ਗੁਣਾ ਵੱਧ ਕਰਦੇ ਨੇ। ਐਸਾ ਨਹੀਂ ਉਹਨਾਂ ਦੀ ਮਾਂ ਤੇ ਬੱਚੇ ਮੁਸੀਬਤ ਵਿੱਚ ਨੇ, ਉਹਦਾ ਦਿਲ ਨਹੀਂ ਦੁਖਦਾ, ਉਹਨੂੰ ਦਰਦ ਕੋਈ ਨਹੀਂ, ਦਰਦ ਤੇ ਉਹਨੂੰ ਵੀ ਬਹੁਤ ਹੈ, ਪਰ ਉਹਦੇ ਕੋਲ ਇੱਕ ਸ਼ਕਤੀ ਹੈ ਜਿਹੜੀ ਇਸ ਦੁੱਖ ਨੂੰ ਸਹਾਰ ਸਕਦੀ। ਉਹਦੇ ਕੋਲ ਸ਼ਕਤੀ ਹੈ। ਇਨੀ ਨੂੰ ਦਇਆ ਸਿੰਘ ਨੇ ਆਵਾਜ਼ ਮਾਰੀ, ਕਹਿੰਦਾ ਮਹਾਰਾਜ ਲੂਰਾ ਆਉਂਦਾ ਹੈ। ਗੁਰੂ ਜੀ ਚੱਟ ਦੇਣੀ ਅਗਾਂਹ ਨੂੰ ਇਧਰੋਂ ਲੂਰਾ ਆ ਗਿਆ। ਉਹਨੇ ਗੁਰੂ ਜੀ ਨੂੰ ਵੇਖ ਕੇ ਦੋਨੋਂ ਹੱਥ ਆਪਣੇ ਮੂੰਹ ਦੇ ਅੱਗੇ ਕਰ ਲਏ, ਮੂੰਹ ਛੁਪਾ। ਸਤਿਗੁਰੂ ਕਹਿੰਦੇ ਲੂਰਿਆ ਕੀ ਸੁਨੇਹਾ ਲੈ ਕੇ ਆਇਆ? ਕਹਿੰਦਾ ਮਹਾਰਾਜ ਅੱਜ ਦੀ ਸ਼ਾਮ ਬਹੁਤ ਬਨਹੂਸ਼ ਹੈ, ਚੰਗੀ ਨਹੀਂ ਆਈ ਦੀ ਸ਼ਾਮ। ਗੁਰੂ ਜੀ ਕਹਿਣ ਲੱਗੇ ਲੂਰਿਆ ਦੱਸ ਦੇ ਕੀ ਕਹਿੰਦੀ ਆਈ ਦੀ ਸ਼ਾਮ। ਦੋ ਸ਼ਾਮਾਂ ਦੇ ਸੁਨੇਹੇ ਮੈਂ ਲੈ ਚੁੱਕਾ ਹਾਂ ਮਹਾਰਾਜ। ਉਹ ਕਹਿੰਦੇ ਲੂਰਿਆ ਉਹ ਵੀ ਸ਼ਾਮ ਸੀ ਜਿੱਦਣ ਮੇਰੇ ਪਿਤਾ ਦਾ ਸੀਸ ਤੇ ਅਨੰਦਪੁਰ ਸਾਹਿਬ ਆ ਗਿਆ, ਪਰ ਧਰ ਨਾਲ ਨਹੀਂ ਸੀ। ਓਏ ਮੈਂ ਤੇ ਉਹ ਵੀ ਸ਼ਾਮ ਵੇਖੀ ਹੈ, ਬਾਬੂ ਦਾ ਸੀਸ ਤੇ ਅਨੰਦਪੁਰ ਆਇਆ, ਧਰ ਨਹੀਂ ਸੀ ਨਾਲ। ਇੱਕ ਉਹ ਵੀ ਸ਼ਾਮ ਸੀ ਚਮਕੌਰ ਦੀ ਗੜੀ ਦੇ ਵਿੱਚ ਮੇਰੇ ਜਿਗਰ ਦੇ ਟੁਕੜੇ, ਜਿਨ੍ਹਾਂ ਨੂੰ ਚਾਵਾਂ ਨਾਲ ਪਾ ਲਿਆ ਸੀ। ਅਜੀਤ ਤੇ ਜੁਜਾਰ ਛਲਣੀ ਹੋਏ ਪਏ ਸਨ, ਮੈਂ ਕੋਲ ਦੀ ਲੰਘ ਕੇ ਆ ਗਿਆ। ਅੱਜ ਦੀ ਸ਼ਾਮ ਕੀ ਹੈ? ਨੂਰਾ ਰੋ ਕੇ ਕਹਿੰਦਾ ਹੈ, ਕਹਿੰਦਾ ਕਲਮੀਆਂ ਵਾਲਿਆ ਤੁਹਾਡੀ ਅੰਮਾ ਤੇਰੇ ਜੋਰਾਵਰ ਸਿੰਘ ਫਤਿਹ ਸਿੰਘ ਸ਼ਹੀਦ ਹੋ ਗਏ, ਉਹ ਤੇ ਸ਼ਹੀਦ ਹੋ ਗਏ। ਗੁਰੂ ਜੀ ਕਿਸੇ ਰੋਹ ਵਿੱਚ ਸਨ, ਕਹਿੰਦੇ ਨੂਰਿਆ ਓਏ ਤੂੰ ਰੂਬਰੂ ਸੈ ਕੋਈ ਗੱਲ ਨਾ ਛੁਪਾਈ, ਤੂੰ ਸਾਫ ਸਾਫ ਦੱਸੀ ਕੋਈ ਕਹਿਰ ਨਾ ਕਮਾਈ, ਕੋਈ ਆ ਤੇ ਨੀ ਕੱਢੀ ਮੇਰੇ ਲਾਲਾ ਨੇ ਉੱਚੀ ਸਾਹ ਤੇ ਨੀ ਕੱਢੀ, ਤੇਸੀ ਦੇ ਨਾਲ ਸੱਟ ਲੱਗੀ ਹੋਣੀ ਭਾਰੀ, ਮੇਰੇ ਫਤਿਹ ਨੇ ਕਿਤੇ ਚੀਕ ਤੇ ਨਹੀਂ ਮਾਰੀ, ਤੂੰ ਮੈਨੂੰ ਦੱਸੀ ਜਾਂਦਾ ਹੈ ਦੀਵਾਰ ਨਾ ਪਿੰਗੀ ਹੋ ਜਾਏ, ਉਹਨਾਂ ਤੇਰੇ ਬੱਚਿਆਂ ਦੇ ਗੋਡੇ ਛਿਲ ਦਿੱਤੇ। ਫਤਿਹ ਸਿੰਘ ਤਾਂ 5 ਸਾਲ ਦਾ ਸੀ, ਕਿਤੇ ਸਿਦਕੋਂ ਤੇ ਨਹੀਂ ਡੋਲ ਗਿਆ? ਉਹ ਕਹਿੰਦਾ ਮਹਾਰਾਜ ਜਿੰਨਾ ਚਿਰ ਤੇਰੇ ਬੱਚੇ ਹੋਸ਼ ਵਿੱਚ ਰਹੇ ਸਤ ਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ, ਪਰ ਮਹਾਰਾਜ ਕਹਿ ਲਓ ਬਾਬਾ। ਗੁਰੂ ਜੀ ਕਹਿੰਦੇ ਕੀ? ਕਹਿੰਦਾ ਦੀਵਾਰ ਡਿੱਗ ਪਈ ਸੀ, ਉਹਨਾਂ ਦੀਵਾਰਾਂ ਦੇ ਇੱਟਾਂ ਦੇ ਵਿੱਚ ਤੇਰੇ ਜਿਗਰ ਦੇ ਡੁੱਬਣੇ ਤੜਪ ਰਹੇ ਸਨ, ਉਹਨਾਂ ਪਾਪੀਆਂ ਨੇ ਤੇਰੇ ਬੱਚਿਆਂ ਦੀਆਂ ਸਾਰਗਾਂ ਕੱਟ ਦਿੱਤੀਆਂ, ਉਹਨਾਂ ਤੇ ਤੇਰੇ ਬੱਚਿਆਂ ਦੀਆਂ ਸਾਰਗਾਂ ਹੀ ਕੱਟ ਦਿੱਤੀਆਂ। ਦਇਆ ਸਿੰਘ ਧਰਮ ਸਿੰਘ ਸੁਣ ਕੇ ਉੱਚੀ ਉੱਚੀ ਰੋਏ, ਓਏ ਸ਼ਹਿਨਸ਼ਾਹ ਹਿੰਦੁਸਤਾਨ ਦੇ ਲੋਕ ਸੁਖੀ ਵਸਦੇ ਰਹਿ, ਤੂੰ ਸਾਰਾ ਸਰਵੰਸੀ ਵਾਰ ਇਹ ਲੋਕ ਤੇਰਾ ਕਰਜ਼ਾ ਕਿਵੇਂ ਚੁਕਾਉਣਗੇ? ਤੇ ਗੁਰੂ ਜੀ ਦੇ ਕੀ ਖਿਆਲ ਸਨ? ਜਦੋਂ ਸਹਾਰਾ ਨਹੀਂ ਸੀ ਉਦੋਂ ਇਸ ਦੇਸ਼ ਤੋਂ ਮਾਰਿਆ ਮੈਂ, ਮਾਰਿਆ ਮੈਂ ਮਾਂ
गुजरी विच सरहंद गुजरी समा गुजरदा जिमी गुजारिया चार पुत्र बख्शे सन परमात्मा ने ओ भी जोड़ा जोड़ा करके बारिया में मद शहनशाह कहो सिंगो मैनो किस्तान नाल ते करजा उतारे कहना इन्हीं कीर्तन सेवा प्रवान करना प्रबंधकां दे सोहणे उत्सव नाल इह जिहड़े दिन चल रहे ने इन्हां दिनां दा पुरब मनाउण वास्ते सोहणे उपराले कीते तुसीं भी वड्डी गिणती विच गुरु जी दे प्यार विच बैठ के समाधियां ला के कीर्तन सुणिया जिथे समूह प्रबंधकां दा धन्नवाद उत्थे आप संगतां दा वी धन्नवाद ते इक बेनती मैं आप संगतां नूं कर देवां जो हरेक साल ही सालाना महापवित्र गुरु समागम इस स्थान पर होता है वो मार्च में इस बारी 22-24 तरीक को होना सारी संगत नोट कर लेना सालाना समागम इस गुरुद्वारा साहब की प्रबंधक कमेटी के उद्यम सदका होता है जिदे संत महापुरश सुनी जन गुरु के कीर्तनी कथा बाज पुजते हैं 22-24 तरीक मार्च की 3 रात इस गुरु घर महापवित्र गुरम समागम होने वह भी तुम जरूर नोट कर लेना आओ जी हम आनंद साहब जी का पाठ फिर समावती है राम कली महला आनंद एक ओंकार सतगुर प्रसाद आनंद प्रिया मेरी माए सतगुरु मैं पाया राग रतन परमार परिया शब्द गावन आईया कहीं मन के आनंद हुआ सतगुरु मैं पाया हर नाम रूप मन मेरे को सब सारना सतनाम का स्मरण स्वामी सो क्यों मनु विसारे हर नाम मन मेरे
ਜਗਵਰ ਨਾਲੇ ਸਾਤੇ ਸਹੀ ਤਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰੇ ਸਭ ਵਿੱਚ ਮੈਂ ਸੇ ਛੁਪਾਵੇ ਸਦਾ ਸਲਾਤੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਲੇ ਸ਼ਬਦ ਕਹਿ ਕੇ ਨਾਮ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਦਾ ਸਕੀਤੇ ਕਾਲ ਕੰਡ ਕੁਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।